ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਬੀ ਤੁਹਾਡਾ ਸਵਾਗਤ ਹੈ ਜੀ ਆਟੇ ਦੇ ਗੁਲਗੁਲੇ ਬਣਾਨੇ ਆ ਜੀ ਆਪਾਂ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਹੁਤ ਹੀ ਟੇਸਟੀ ਨਰਮ ਮਲੈਮ ਜਿਹੜੇ ਗੁਲਗੁਲੇ ਤਿਆਰ ਕਰਦੇ ਆ ਜੀ ਇਹ ਗੁੜ ਭੇਕਿਆ ਆਪਾਂ ਰੱਖਿਆ ਪਹਿਲਾਂ ਕੁੱਟ ਕੇ ਗੁੜ ਭੇਨ ਲਿਆ ਸੀ ਆਪਾਂ ਕਣਕ ਦਾ ਆਟਾ ਇੱਕ ਕੌਲੀ ਲਈ ਮਿੱਠੀ ਸੌਂਫ ਲਈ ਆ ਤੇ ਬੇਕਿੰਗ ਪਾਊਡਰ ਲਈ ਆ ਜੀ ਤੇ ਇਹ ਬڑا ਪਾਂਡਾ ਲੈ ਲਿਆ ਇਹਦੇ ਵਿੱਚ ਮੈਂ ਇੱਕ ਕੌਲੀ ਆਟੇ ਦੀ ਲਈ ਇਹਦੇ ਕਾਫੀ سارے ਗੁਲਗੁਲੇ ਜਿਹੜੇ ਬਣ ਜਾਣੇ ਆ ਬڑے ਢੋਂਗੇ ਦੇ ਵਿੱਚ ਆਪਾਂ ਪਾ ਲਿਆ ਇਹਨੂੰ ਸੌਂਫ ਜਿਹੜੀ ਐ ਇਹਨੂੰ ਹੱਥ ਤੇ ਚੰਗੀ ਤਰ੍ਹਾਂ ਮਲ ਕੇ ਜਿਹੜਾ ਇਹਨੂੰ ਪਾ ਲੈਣੇ ਆ ਵਿੱਚ ਬਿਲਕੁਲ ਆਸਾਨ ਤਰੀਕੇ ਦੇ ਨਾਲ ਆਪਾਂ ਜਿਹੜੇ ਬਿਆਂਹਾ ਦੇ ਵਿੱਚ ਗੋਲ ਗੋਲੇ ਖਾਣੇ ਆ ਉਹ ਆਪਾਂ ਕਣਕ ਦੇ ਆਟੇ ਦੇ ਬਣਾ ਲੈਣੇ ਆ ਇਹ ਬੇਕਿੰਗ ਪਾਊਡਰ ਆ ਜੀ ਅੱਧਾ ਇੱਕ ਚਮਚਾ ਜਿਹੜਾ ਬੇਕਿੰਗ ਪਾਊਡਰ ਦਾ ਆਪਾਂ ਪਾਇਆ ਇੱਕ ਕੌਲੀ ਦੇ ਵਿੱਚ ਮਿਕਸ ਕਰ ਲਿਆ ਇਹਨੂੰ ਚੰਗੀ ਤਰ੍ਹਾਂ ਤੇ ਹੁਣ ਆਪਾਂ ਗੁੜ ਜਿਹੜਾ ਆ ਜਿਹੜੀ ਕੌਲੀ ਆਪਾਂ ਆਟੇ ਦੀ ਲਈ ਆ ਉਹੀ ਕੌਲੀ ਆਪਾਂ ਪਾਣੀ ਦੀ ਪਾਈ ਸੀ ਤੇ ਗੁੜ ਦੀ ਮੈਂ ਇੱਕ ਡਲੀ ਵੱਡੀ ਜਿਹੜੀ ਕੁੱਟ ਲਈ ਸੀ ਜਿਆਦਾ ਮਿੱਠਾ ਪਸੰਦ ਕਰਦੇ ਤੁਸੀਂ ਜਿਆਦਾ ਪਾ ਸਕਦੇ ਆ ਤੇ ਮੈਂ ਥੋੜਾ ਮਿੱਠਾ ਜਿਹੜਾ ਕੁੱਟਿਆ ਸੀ ਗੁੜ ਜਿਹੜਾ ਸੀ ਤੇ ਇੱਕ ਡਲੀ ਸਿਰਫ ਆਪਾਂ ਇੱਕ ਰੋੜੀ ਜਿਹਨੂੰ ਆਪਾਂ ਬੋਲਦੇ ਆ ਉਹ ਕੁੱਟੀ ਸੀ ਤੇ ਇੱਕ ਕੌਲੀ ਪਾਣੀ ਵੀ ਪਾਈ ਸੀ ਥੋੜਾ ਥੋੜਾ ਪਾਣੀ ਜਿਹੜਾ ਗੁੜ ਵਾਲਾ ਪਾ ਕੇ ਆਪਾਂ ਆਟੇ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਨਹੀਂ ਇਹਨੂੰ ਆਪਾਂ ਬਹੁਤਾ ਸਖਤ ਰੱਖਣਾ ਤੇ ਨਾ ਹੀ ਬਹੁਤਾ ਇਹਨੂੰ ਨਰਮ ਕਰਨਾ ਹੈ ਜੀ ਪਹਿਲਾਂ ਚਮਚੇ ਦੇ ਨਾਲ ਆਪਾਂ ਇਦਾਂ ਰੜਾ ਲੰਨੇ ਇਹਨੂੰ ਸਵਾਰ ਕੇ ਬਿਲਕੁਲ ਆਸਾਨ ਤਰੀਕਾ ਆ ਜਦੋਂ ਵੀ ਦਿਲ ਕਰੇ ਆਪਾਂ ਘਰੇ ਬਣਾ ਕੇ ਖਾ ਸਕਦੇ ਆ ਮੇਰੇ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਵਧੀਆ ਜਿਹੜੇ ਤੁਹਾਡੇ ਗੁਲਗੁਲੇ ਬਣ ਕੇ ਨਰਮ ਬਲੈਂਮ ਤਿਆਰ ਹੋਣਗੇ ਜੀ ਹਾਰਡ ਬਿਲਕੁਲ ਨਹੀਂ ਸਖਤ ਬਿਲਕੁਲ ਨਹੀਂ ਹੋਣਗੇ ਨਰਮ ਜਿਹੜੇ ਬਣਨਗੇ ਇਹ ਤੇ ਥੋੜਾ ਥੋੜਾ ਪਾਣੀ ਪਾ ਕੇ ਆਪ ਪਹਿਲਾਂ ਆਟੇ ਨੂੰ ਇਦਾਂ ਰਲਾ ਲੈਣੇ ਆ ਤੇ ਦੇਖ ਲੈਨੇ ਕਿੰਨੇ ਕ ਪਾਣੀ ਦੀ ਜ਼ਰੂਰਤ ਆ ਅਗਰ ਤੁਸੀਂ ਜ਼ਿਆਦਾ ਬਣਾਉਣੇ ਚਾਹੁੰਦੇ ਆ ਤਾਂ ਤੁਸੀਂ ਦੋ ਕਾਲੀਆਂ ਆਟੀ ਦੀਆਂ ਦੇ ਲਓ ਇੱਕ ਕਾਲੀ ਦੇ ਕਾਫੀ ਬਣ ਜਾਣੇ ਆ ਇਹ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਇਹਨੂੰ ਰੜਾ ਲੈਣਾ ਵੀਡੀਓ ਆਪਾਂ ਬਿਲਕੁਲ ਆਸਾਨ ਸੌਖੇ ਤਰੀਕੇ ਨਾਲ ਬਣਾਈ ਦੀ ਹੈ ਸਿੰਪਲ ਬਣਾਈ ਦੀ ਹੈ ਛੋਟੀ ਜਿਹੀ ਰੱਖ ਕੇ ਆਪਾਂ ਵੀਡੀਓ ਬਣਾਈ ਦੀ ਹੈ ਜੀ ਤੇ ਅਗਰ ਤੁਸੀਂ ਮੇਰੀ ਵੀਡੀਓ ਨੂੰ ਫੋਲੋ ਕਰਦੇ ਆਂ ਤੇ ਮੈਂ ਜਿਸ ਤਰ੍ਹਾਂ ਮੈਂ ਬਣਾਨੀ ਹੈ ਤੁਸੀਂ ਮੇਰੇ ਨਾਲ ਵੀ ਵਧੀਆ ਬਣਾ ਸਕਦੇ ਆਂ ਤੇ ਕੋਈ ਔਖਾ ਕੰਮ ਨਹੀਂ ਹੈਗਾ ਆਪਾਂ ਇਹਦੇ ਵਿੱਚ ਕੁਝ ਨਹੀਂ ਲਕਾਉਂਦੇ ਹੈਗੇ ਜੋ ਜਿਸ ਤਰ੍ਹਾਂ ਆਪਾਂ ਬਣਾਨੇ ਸਾਹਮਣੇ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਲਦੀਦਾ ਆਂ ਤੇ ਚਮਚਾ ਆਪਾਂ ਕੱਢ ਦਿੰਨੇ ਆ ਤੇ ਹੱਥ ਨਾਲ ਇਹਨੂੰ ਫੈਂਟਦੇ ਆ ਜੀ ਚੰਗੀ ਤਰ੍ਹਾਂ ਮਿਕਸ ਕਰਦੇ ਹੱਥ ਨਾਲ ਇਹਨੂੰ ਤੇ ਇਸ ਤਰ੍ਹਾਂ ਫੈਂਟਣ ਦੇ ਨਾਲ ਜਿਹੜੇ ਆਪਣੇ ਗੁਲਗੁਲੇ ਬਿਲਕੁਲ ਸੌਫਟ ਜਿਹੜੇ ਆ ਬਣਨਗੇ ਵਿੱਚੋਂ ਫੁੱਲੇ ਹੋਣਗੇ ਬਣਨਗੇ ਇਹ ਬਿਲਕੁਲ ਤੇ ਇਸ ਕਰਕੇ ਆਪਾਂ ਨੂੰ ਇੱਕੋ ਦਿਸ਼ਾ ਦੇ ਵਿੱਚ ਆਪਾਂ ਆਟਾ ਜਿਹੜਾ ਫੈਂਟਣਾ ਚੰਗੀ ਤਰ੍ਹਾਂ ਤੇ ਦੂਜੇ ਪਾਸੇ ਨੂੰ ਨਹੀਂ ਆਪਾਂ ਘਮਾਉਣਾ ਇਹਨੂੰ ਹੱਥ ਨੂੰ ਇੱਕੋ ਪਾਸੇ ਨੂੰ ਅੱਧਾ ਘੁਮਾ ਘੁਮਾ ਕੇ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਫੈਟ ਲੈਣਾ ਜੇ ਆਪਾਂ ਪੂਰੀ ਵੀਡੀਓ ਦਿਖਾਉਣੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇਲ ਆਪਾਂ ਗਰਮ ਰੱਖਿਆ ਹੈ ਜੀ ਪਹਿਲਾਂ ਪਹਿਲਾਂ ਫੁੱਲ ਗਰਮ ਕਰਕੇ ਫਿਰ ਥੋੜਾ ਗਰਮ ਕੀਤਾ ਸੀ ਪਾਣੀ ਲਿਆ ਥੋੜਾ ਜਿਹਾ ਹੱਥ ਨੂੰ ਪਾਣੀ ਲਾ ਕੇ ਤੇ ਬਸ ਆਪਾਂ ਇਦਾਂ ਛੋਟੇ-ਛੋਟੇ ਪੀਸ ਜਿਹੜੇ ਚੱਕ ਕੇ ਪਾਉਣੇ ਆ ਤੇ ਦੇਖੋ ਨਾਲ ਦੀ ਨਾਲ ਜਿਹੜੇ ਗੁਲਗੁਲੇ ਆਪਣੇ ਉੱਪਰ ਆ ਹੀ ਜਾਂਦੇ ਆ ਇਹ ਸੇਕ ਆਪਾਂ ਮੀਡੀਅਮ ਰੱਖਿਆ ਹੈ ਨਾ ਹਾਈ ਆ ਨਾ ਬਿਲਕੁਲ ਲੋ ਆ ਮੀਡੀਅਮ ਸੇਕ ਦੇ ਉੱਤੇ ਆਪਾਂ ਪਾਉਣੇ ਆ ਇਹਨਾਂ ਨੂੰ ਤੇ ਜਿੰਨੇ ਕ ਤੇਲ ਚ ਪੈਂਦੇ ਉਹਨੇ ਕ ਆਪਾਂ ਪਾ ਦਿੱਤੇ ਆ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਗੁਲਗੁਲੇ ਆਪਣੇ ਹਨ ਫੁੱਲ ਗਏ ਆ ਤੇ ਹਲਾ ਦੰਨੇ ਇਹਨਾਂ ਨੂੰ ਇੱਕ ਵਾਰੀ ਤਾਂ ਕਿ ਇਹਨਾਂ ਦਾ ਪਾਸਾ ਜਿਹੜਾ ਪਲਟ ਹੋ ਜਾਵੇ ਤੇ ਦੇਖੋ ਜੀ ਦੇਖ ਸਕਦੇ ਆ ਤੁਸੀਂ ਪੋਰਸ਼ਨ ਥੋੜਾ ਥੋੜਾ ਆਟੇ ਦਾ ਲੈ ਕੇ ਜਿਹੜਾ ਪਾਉਣਾ ਹੈ ਕਿਉਂਕਿ ਜਦੋਂ ਤੇਲ ਦੇ ਵਿੱਚ ਪੈਂਦੇ ਆ ਆਪਣੇ ਆਪ ਫੁੱਲ ਜਾਂਦੇ ਆ ਇਸ ਕਰਕੇ ਆਪਾਂ ਛੋਟੇ ਛੋਟੇ ਪਾਉਣੇ ਆ ਦੇਖੋ ਆਪਾਂ ਛੋਟੇ ਛੋਟੇ ਥੋੜਾ ਥੋੜਾ ਆਟਾ ਪਾਇਆ ਸੀ ਤੇ ਕਾਫੀ ਆਪਣੇ ਫੁੱਲ ਗਏ ਗੁਲਗੁਲੇ ਜਿਹੜੇ ਆ ਤੇ ਦੇਖੋ ਜੀ ਆਪਾਂ ਇਹਨਾਂ ਨੂੰ ਹਲਾ ਦੁੱਤਾ ਆ ਚੰਗੀ ਤਰ੍ਹਾਂ ਤਾਂ ਕਿ ਸਾਰੇ ਪਾਸੇ ਸੇਕ ਲੱਗ ਜਾਵੇ ਤੇ ਦੇਖੋ ਕਿੰਨੇ ਸੋਹਣੇ ਫੁੱਲੇ ਹੋ ਆ ਇਹ ਵਿੱਚੋਂ ਵੀ ਇਹਨਾਂ ਪੱਕ ਜਾਨੇ ਕਿਉਂਕਿ ਆਪਾਂ ਹਾਈ ਫਲੇਮ ਨਹੀਂ ਕੀਤੀ ਹੋएगी మీడియం ਸੇਕ ਰੱਖਿਆ ਹੈ మీడియం ਸੇਕ ਦੇ ਉੱਤੇ ਅੰਦਰ ਤੱਕ ਇਹ ਇਹਨਾਂ ਜਾਲੀਦਾਰ ਬਣ ਜਾਣੇ ਆ ਜੀ ਫੁੱਲ ਜਾਣੇ ਆ ਤੇ ਦੇਖੋ ਜੀ ਕਲਰ ਕਿੰਨਾ ਸੋਹਣਾ ਇਹਨਾਂ ਦਾ ਬਣ ਗਿਆ ਆ ਥੋੜੀ ਦੇਰ ਆਪਾਂ ਇਹਨਾਂ ਨੂੰ ਐਦਾ ਹੋਰ ਹਿਲਾ ਦੰਨੇ ਆ ਤਾਂ ਕਿ ਸਾਰੇ ਪਾਸੇ ਇੱਕੋ ਜਿਹਾ ਸੇਕ ਲੱਗ ਜਾਵੇ ਇਹਨਾਂ ਨੂੰ ਕਿਸੇ ਪਾਸੇ ਤੋਂ ਵੀ ਕੱਚੇ ਨਾ ਰਹਿਣੇ ਤੇ ਅਗਰ ਜ਼ਿਆਦਾ ਡਾਰਕ ਕਲਰ ਤੁਸੀਂ ਪਸੰਦ ਕਰਦੇ ਤਾਂ ਥੋੜਾ ਜ਼ਿਆਦਾ ਡਾਰਕ ਹੋ ਲੰਦਾ ਤੇ ਦੇਖੋ ਜੀ ਆਪਣੇ ਗੁਲਗੁਲੇ ਜਿਹੜੇ ਐਨ ਬਣ ਕੇ ਇਹ ਤਿਆਰ ਹੋ ਗਏ ਆ ਤੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਲਾਈ ਜਣੇ ਤਾਂ ਕਿ ਸਾਰੇ ਪਾਸੇ ਇਹਨਾਂ ਨੂੰ ਸੇਕ ਜਿਹੜਾ ਲੱਗ ਜਾਵੇ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਸਪੋਰਟ ਕਰਿਆ ਕਰੋ ਜੀ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਜ਼ਰੂਰਤ ਆ ਤੇ ਦੇਖੋ ਆਪਾਂ ਜਿਹੜੇ ਇੱਕ ਵਾਰੀ ਪਹਿਲਾਂ ਪਾਏ ਸੀ ਉਹ ਆਪਾਂ ਕੱਢ ਤੇ ਐਸੇ ਤਰ੍ਹਾਂ ਆਪਾਂ ਸਾਰੇ ਗੁਲਗੁਲੇ ਬਣਾ ਕੇ ਤਿਆਰ ਕਰ ਲੈਣੇ ਆ ਤੇ ਤੁਸੀਂ ਦੇਖ ਲਿਓ ਇੱਕ ਕੌਲੀ ਦੇ ਨਾਲ ਆਪਣੇ ਕਿੰਨੇ ਜਿਹੜੇ ਗੁਲਗੁਲੇ ਬਣ ਕੇ ਇੱਕ ਕੌਲੀ ਆਟੇ ਦੇ ਨਾਲ ਕਿੰਨੇ ਗੁਲਗੁਲੇ ਤਿਆਰ ਹੋ ਜਾਂਦੇ ਆ ਤੇ ਲੋ ਜੀ ਇਹਨਾਂ ਨੂੰ ਆਪਾਂ ਕੱਢ ਲਿਆ ਆ ਦੇਖੋ ਕਿੰਨੇ ਸੋਹਣੇ ਲੱਗਦੇ ਦੇਖਣ ਨੂੰ ਇੰਨੇ ਟੇਸਟੀ ਖਾਣ ਨੂੰ ਆ ਪਲੇਟ 'ਚ ਪਾ ਲੈਣੇ ਇਹਨੂੰ ਤੇ ਇਸੇ ਤਰ੍ਹਾਂ ਆਪਾਂ ਬਾਕੀ ਜਿਹੜੇ ਰਹਿੰਦੇ ਆ ਮੀਠੇ ਸੇਕ ਨੂੰ ਨਾ ਆਪਾਂ ਹਾਈ ਕਰਨਾ ਆ ਤੇ ਨਾ ਆਪਾਂ ਬਿਲਕੁਲ ਲੋ ਕਰਨਾ ਆ ਤੇ ਬਸ ਜਿਹੜਾ ਰਹਿੰਦਾ ਆਪਣੇ ਕੋ ਆਟਾ ਉਹ ਵੀ ਆਪਾਂ ਇਸ ਤਰ੍ਹਾਂ ਪਾ ਪਾ ਕੇ ਤੇ ਬਣਾ ਲੈਣੇ ਆ ਜੀ ਸਾਰੇ ਤਿਆਰ ਕਰਕੇ ਤੇ ਫਿਰ ਮੈਂ ਤੁਹਾਨੂੰ ਦਿਖਾ ਲਦੀ ਆ ਸਪੋਟ ਜ਼ਰੂਰ ਕਰਿਆ ਕਰੋ ਜੀ ਮੇਰੇ ਚੈਨਲ ਨੂੰ ਮੈਂ ਵੀਡੀਓ ਬਿਲਕੁਲ ਸਿੰਪਲ ਆਸਾਨ ਤਰੀਕੇ ਦੇ ਨਾਲ ਬਣਾਉਣੀ ਹੁੰਦੀ ਆ ਦੇਖੋ ਜੀ ਇਹ ਵੀ ਜਿਹੜੇ ਤਿਆਰ ਹੋ ਗਏ ਆ ਬਸ ਇਸੇ ਤਰ੍ਹਾਂ ਜਿੱਦਾਂ ਆਪਾਂ ਪਹਿਲਾਂ ਪਾਏ ਆ ਉਸੇ ਤਰ੍ਹਾਂ ਪਾ ਕੇ ਤੇ ਆਪਾਂ ਜਿਹੜੇ ਆ ਜਿੰਨੇਕ ਤੇਲ ਚ ਪੈਂਦੇ ਆ ਉਹਨੇ ਕ ਆਪਾਂ ਪਾ ਕੇ ਤੇ ਕੱਢ ਲੈਣੇ ਸਾਰੇ ਇਸੇ ਤਰ੍ਹਾਂ ਤਿਆਰ ਕਰ ਲੈਣੇ ਆਪਾਂ ਲੋ ਜੀ ਆਪਾਂ ਇੱਕ ਕੌਲੀ ਜਿਹੜੀ ਆਟੇ ਦੀ ਸੀ ਉਹਦੇ ਨਾਲ ਦੇਖੋ ਆਪਣੇ ਕਿੰਨੇ ਗੋਲਗੋਲੇ ਜਿਹੜੇ ਆ ਤਿਆਰ ਹੋ ਗਏ ਆ ਸਾਰੇ ਬਣ ਗਏ ਜੀ ਸਾਰੇ ਇਸੇ ਤਰ੍ਹਾਂ ਆਪਾਂ ਬਣਾ ਲਏ ਆ ਬਹੁਤ ਸੋਹਣੇ ਫੁੱਲਿਓ ਨਰਮ ਮਲੈਮ ਜਿਹੜੇ ਗੁਲਗੁਲੇ ਬਣ ਗਏ ਆ ਤੇ ਵਿਆਹਾਂ ਤੇ ਆਪਾਂ ਇਹੀ ਖਾਂਦੇ ਆ ਤੇ ਆਪਾਂ ਇਹਨਾਂ ਨੂੰ ਘਰੇ ਆਸਾਨ ਤਰੀਕੇ ਨਾਲ ਤਿਆਰ ਕਰ ਸਕਦੇ ਆ ਜੀ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਲਦੀ ਆ ਕਿੰਨੇ ਨਰਮ ਆ ਵਿੱਚੋਂ ਤੇ ਦੇਖ ਸਕਦੇ ਤੁਸੀਂ ਦੇਖੋ ਕਿੰਨੇ ਵਧੀਆ ਨਰਮ ਮਲੈਮ ਵਿੱਚੋਂ ਫੁੱਲਿਓ ਆ ਜਾਲੀਦਾਰ ਰਹਿਣ ਬਣਿਓ ਆ ਤੇ ਕੱਚੇ ਵੀ ਨਹੀਂ ਬਿਲਕੁਲ ਅੰਦਰ ਤੱਕ ਪੱਕੇ ਹੋ ਆ ਜੀ ਇਹ ਕਿਉਂਕਿ ਆਪਾਂ ਮੀਡੀਅਮ ਸੇਕ ਦੇ ਉੱਤੇ ਇਹਨਾਂ ਨੂੰ ਪਕਾਇਆ ਹੈ ਦੇਖੋ ਤੁਸੀਂ ਜਿੰਨੇ ਸੋਹਣੇ ਵਿੱਚੋਂ ਐਨ ਫੁੱਲੇ ਹੋ ਨਰਮ ਮੁਲਾਇਮ ਜਿਹੜੇ ਗਲਗੁਲੇ ਆਪਣੇ ਬਣ ਕੇ ਤਿਆਰ ਹੋ ਗਏ ਆ ਜਰੂਰ ਬਣਾਇਓ ਬਣਾ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ